ਬਾਈ ਵੀਡੀਓ ਬਹੁਤ ਕੰਮ ਦੀ ਹੈ, ਸੰਭਾਲ ਕੇ ਰੱਖ ਲਿਓ, ਹੋ ਸਕਦਾ ਤੁਹਾਡੇ ਕੰਮ ਆ ਜਾਵੇ। ਬਾਈ ਜੇ ਤੁਹਾਡੇ ਵਾਲ ਇਸ ਤਰੀਕੇ ਨਾਲ ਝੜ ਰਹੇ ਨੇ, ਸਿਰ ਦੇ ਹੋਣ ਜਾਂ ਦਾੜੀ ਦੇ, ਸਮਝੋ ਕੀੜਾ ਲੱਗ ਗਿਆ ਅਤੇ ਕੀੜੇ ਦਾ ਇਲਾਜ ਬਹੁਤ ਔਖਾ। ਪਰ ਬਾਈ ਬਹੁਤ ਸਾਰੇ ਲੋਕਾਂ ਕੋਲੇ ਐਸਾ ਨੁਕਤਾ ਹੈਗਾ ਵੀ ਆ। ਆਹ ਬਾਈ ਹੋਰਾਂ ਨੇ ਵੀ ਇੱਕ ਐਸਾ ਨੁਕਤਾ ਤਿਆਰ ਕਰ ਲਿਆ, ਕਹਿੰਦੇ ਕੀੜਾ ਨਹੀਂ ਛੱਡਣਾ ਵਾਲਾਂ ਦੇ ਵਿੱਚ, ਚਾਹੇ ਦਾੜੀ ਦੇ ਵਿੱਚ ਹੋਵੇ ਜਾਂ ਸਿਰ ਦੇ ਵਾਲਾਂ ਦੇ ਵਿੱਚ। ਬਾਈ ਕਹਿੰਦੇ ਵਾਲਾਂ ਦੀ ਕੋਈ ਵੀ ਦਿੱਕਤ ਹੋਵੇ ਜੜ ਤੋਂ ਚੱਕ ਦਾਂਗੇ। ਕਹਿੰਦੇ ਗੰਜਾਪਣ ਹੋਵੇ, ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਣ, ਸਿੱਕਰੀ ਹੋਵੇ ਵਾਲਾਂ ਦੇ ਵਿੱਚ, ਜਾਂ ਫਿਰ ਵਾਲਾਂ ਦੀਆਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ, ਇਹ ਬਾਈ ਹੋਰਾਂ ਦੇ ਦਾਦੇ ਪੜਦਾਦਿਆਂ ਨੇ ਦੇਸੀ ਜੜੀਆਂ ਬੂਟੀਆਂ ਨਾਲ ਇੱਕ ਐਸਾ ਤੇਲ ਤਿਆਰ ਕੀਤਾ ਸੀ। ਲੋਕਾਂ ਦੇ ਦੁਬਾਰੇ ਵਾਲ ਆਉਣੇ ਸ਼ੁਰੂ ਹੋ ਗਏ ਅਤੇ ਇਹਨਾਂ ਵੀਰ ਹੋਰਾਂ ਦੀਆਂ ਕਈ ਪੀੜ੍ਹੀਆਂ ਹੋ ਗਈਆਂ ਜੋ ਇਸ ਤੇਲ ਦਾ ਕੰਮ ਕਰ ਰਹੀਆਂ ਨੇ। ਪਰ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਆਨਲਾਈਨ ਦਾ ਟਾਈਮ ਆ। ਬਾਈ ਕਹਿੰਦੇ ਹੁਣ ਅਸੀਂ ਨੇ ਇਹ ਕੰਮ ਆਨਲਾਈਨ ਕਰਨਾ ਅਤੇ ਲੋਕਾਂ ਦੀ ਜ਼ਿੰਦਗੀ ਸਵਾਰਨੀ ਹੈ। ਅਸੀਂ ਨੇ ਦੂਰ ਦੂਰ ਤੱਕ ਆਪਣਾ ਬਣਾਇਆ ਹੋਇਆ ਨੁਕਤਾ ਭੇਜਣਾ। ਬਾਈ ਕਹਿੰਦੇ ਇਹਨੂੰ ਤੇਲ ਨਾ ਕਹੋ, ਇਹ ਰਾਮਬਾਣ ਜੜੀ ਬੂਟੀ ਹੈ ਜਿਸ ਦੇ ਲਗਾਉਣ ਨਾਲ ਵਾਲਾਂ ਦੀਆਂ ਕਈ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ। ਆ ਬਾਈ ਹੋਰਾਂ ਨੇ ਆਪਣੀ ਦੁਕਾਨ ਦੇ ਬਾਹਰ ਲਿਖਿਆ ਵੀ ਹੋਇਆ ਕਿ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਇਹ ਠੀਕ ਕਰਦੇ ਨੇ। ਤਾਂ ਬਾਈ ਆ ਜਾਓ ਗੱਲਬਾਤ ਕਰਦੇ ਹਾਂ ਬਾਈ ਹੋਰਾਂ ਦੇ ਨਾਲ, ਕਿਸ ਤਰੀਕੇ ਦਾ ਤੇਲ ਆ, ਕਿਹੜੀਆਂ ਕਿਹੜੀਆਂ ਬਿਮਾਰੀਆਂ ਠੀਕ ਕਰਦਾ, ਕੀ ਵਾਲਾਂ ਦੀਆਂ ਪਰੇਸ਼ਾਨੀਆਂ ਦੂਰ ਕਰਦਾ, ਕਿਵੇਂ ਮਿਲੂਗਾ, ਕੀ ਫਾਇਦੇ ਨੇ, ਤਾਂ ਆਓ ਵੀਡੀਓ ਵੱਲ ਵਧਦੇ ਹਾਂ। ਲਓ ਵੀ ਮਿੱਤਰੋ, ਅੱਜ ਕੱਲ੍ਹ ਇੱਕ ਦਿੱਕਤ ਬਹੁਤ ਦੇਖਣ ਨੂੰ ਮਿਲ ਰਹੀ ਹੈ, ਜਿਵੇਂ ਕਿ ਵਾਲ ਹਰੇਕ ਬੰਦੇ ਦੇ ਝੜਦੇ ਨੇ, ਕੀੜਾ ਲੱਗ ਜਾਂਦਾ ਦਾੜੀ ਨੂੰ, ਜਿਵੇਂ ਕਿ ਆਹ ਬਾਈ ਨੇ ਲਿਖੇ ਹੋਏ ਨੇ, ਸਾਰੀਆਂ ਦਿੱਕਤਾਂ ਆਮ ਹੁੰਦੀਆਂ ਨੇ, ਵਾਲ ਝੜਨਾ ਕਿਵੇਂ, ਹੈ ਨਾ, ਗੰਜਾਪਣ ਜਾਂ ਫਿਰ ਕੀੜਾ ਲੱਗਣਾ। ਕੀੜਾ ਜਦੋਂ ਲੱਗਦਾ ਨਾ, ਪਤਾ ਨਹੀਂ ਲੱਗਦਾ ਕਿ ਦਾੜੀ ਕਦੋਂ ਅੱਧੀ ਰਹਿ ਗਈ, ਮੁੱਛਾਂ ਤੱਕ ਝੜ ਜਾਂਦੀਆਂ ਨੇ। ਪਰ ਬਾਈ ਹੋਰਾਂ ਕੋਲ ਇੱਕ ਨੁਕਤਾ ਦੇਸੀ ਤਰੀਕੇ ਨਾਲ ਤਿਆਰ ਕਰਿਆ ਹੈ, ਬਾਈ ਨਾਲ ਕਰਦੇ ਹਾਂ ਗੱਲਬਾਤ। ਇਹ ਲਾ ਲਓ ਤੁਸੀਂ, ਬਜ਼ੁਰਗਾਂ ਤੋਂ ਲੈ ਕੇ ਇਹਨਾਂ ਕੋਲ ਇਹ ਨੁਕਤਾ, ਗੱਲਬਾਤ ਪੂਰੀ ਹੈ ਕੀ ਆ, ਕਿਉਂ ਬਾਈ ਹੋਰਾਂ ਦੀ ਚਰਚਾ, ਬਾਈ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰੇ, ਬਿਲਕੁਲ ਠੀਕ ਠਾਕ ਬਾਈ। ਜਿਵੇਂ ਮੈਂ ਕਿਹਾ ਕਿ ਪੁਰਾਣਾ ਨੁਕਤਾ ਹੋ ਗਈ ਤੁਹਾਡੇ ਲਵੇ, ਸਹੀ ਹੈ ਨਾ ਗੱਲ ਇਹ? ਹਾਂਜੀ ਹਾਂਜੀ ਵੀਰੇ, ਆਪਣੇ ਕੋਲ ਪੁਰਾਣਾ ਨੁਕਤਾ ਆਪਣੇ ਦਾਦਿਆਂ ਪੜਦਾਦਿਆਂ ਤੋਂ ਚੱਲਦਾ ਆ ਰਿਹਾ ਇਹ, ਤੇਲ ਅਸੀਂ ਬਣਾਉਂਦੇ ਹਾਂ। ਅੱਛਾ ਬਾਈ, ਅਤੇ ਯਾਨੀ ਕਿ ਇਹ ਤੇਲ ਦਾ ਕੰਮ ਆ, ਜਿਵੇਂ ਵਾਲ ਝੜਦੇ ਆ ਕਿਸੇ ਦੇ, ਟੁੱਟ ਰਹੇ ਆ ਜਾਂ ਕਿਸੇ ਦੇ ਵਾਲ ਵੱਧ ਹੀ ਨਹੀਂ ਹੈਗੇ, ਜਾਂ ਕਿਸੇ ਦੇ ਕੀੜਾ ਲੱਗਿਆ ਜਾਂ ਕਿਸੇ ਸਿੱਕਰੀ ਦੀ ਪ੍ਰੋਬਲਮ ਆ, ਕਿਸੇ ਦੇ ਰਫ ਰਹਿੰਦੇ ਆ ਵਾਲ, ਇਹ ਸਾਰੀ ਚੀਜ਼ਾਂ ਨਹੀਂ ਕੰਮ ਆਉਂਦਾ ਇਹ ਵੀਰੇ। ਜਿਵੇਂ ਚਲੋ ਕਾਫੀ ਵੀਡੀਓ ਦੇਖੀਆਂ ਥੋੜੀਆਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇਲ ਨੂੰ ਲੈ ਕੇ, ਹੈ ਨਾ, ਵੀ ਬਹੁਤ ਚੰਗੇ ਰਿਜ਼ਲਟ ਨੇ, ਪਰ ਮਾਰਕੀਟ ਦੇ ਵਿੱਚ ਆਪਾਂ ਦੇਖੀਏ ਠੱਗ ਵੀ ਬਹੁਤ ਨੇ ਮਾਰਕੀਟ ਦੇ ਵਿੱਚ, ਅਗਰ ਆਪਾਂ ਗੱਲ ਕਰਦੇ ਹਾਂ, ਹੈ ਨਾ, ਕਿਉਂਕਿ ਆਪਾਂ ਨੇ ਦੇਖਿਆ ਕਿ ਤੇਲ ਦਾ ਕਿੰਨਾ ਸ਼ੋਰ ਸ਼ਰਾਬਾ, ਹੈ ਨਾ, ਲੋਕ ਵੱਡੀਆਂ ਵੱਡੀਆਂ ਪ੍ਰਮੋਸ਼ਨਾਂ ਲਾ ਕੇ ਲੋਕਾਂ ਨੇ, ਪਰ ਕਈ ਉਹਦੇ ਰਿਜ਼ਲਟ ਨਿਕਲਦੇ ਨੇ ਵਿੱਚ ਕੈਮੀਕਲ ਹੁੰਦਾ। ਇਹਦੇ ਵਿੱਚ ਐਂ ਤਾਂ ਨਹੀਂ ਹੈਗਾ ਵੀ ਕੋਈ ਕੈਮੀਕਲ ਵਗੈਰਾ ਪਾ ਕੇ ਤਿਆਰ ਕਰਿਆ, ਇੱਕ ਵਾਰੀ ਤਾਂ ਰਿਜ਼ਲਟ ਆਵੇ, ਬਾਅਦ ਦੇ ਵਿੱਚ ਅਗਲੇ ਨੂੰ ਹੋਰ ਪਰੇਸ਼ਾਨੀ ਖੜੀ ਹੋ ਜੇ। ਪੂਰੀ ਸ਼ੋਰਟ ਹੀ ਦਿੰਦੇ ਹਾਂ, ਕੋਈ ਵਿੱਚੋਂ ਕੈਮੀਕਲ ਨਾਮ ਦੀ ਕੋਈ ਚੀਜ਼ ਕੱਢਦੇ ਵਿੱਚੋਂ ਕੋਈ ਵੀ। ਅੱਛਾ ਬਾਈ, ਜਾਂ ਕੋਈ ਇਹਦੇ ਵਿੱਚ ਕੋਈ ਗਲਤ ਚੀਜ਼ ਵਿੱਚੋਂ, ਸਾਰੀਆਂ ਦੇਸੀ ਜੜੀ ਬੂਟੀਆਂ ਨਾਲ ਅਸੀਂ ਬਣਾਉਂਦੇ ਹਾਂ, ਇਹਨੂੰ ਪ੍ਰੋਪਰ ਤਰੀਕੇ ਨਾਲ ਚੰਗੀ ਤਰ੍ਹਾਂ ਤਿਆਰ ਕੀਤਾ ਜਾਂਦਾ ਇਹ। ਅੱਛਾ ਬਾਈ, ਅਤੇ ਬਾਕੀ ਅਸੀਂ ਮਨੀ ਬੈਕ ਗਰੰਟੀ ਵੀ ਦਿੰਦੇ ਹਾਂ ਪੂਰੀ, ਜੇ ਤਿੰਨਾਂ ਸ਼ੀਸ਼ਿਆਂ ਦੇ ਕੋਰਸ ਤੋਂ ਬਾਅਦ ਤੁਹਾਨੂੰ ਨਹੀਂ ਰਿਜ਼ਲਟ ਆਊਗਾ ਤਾਂ ਤੁਹਾਡੇ ਸਾਰੇ ਪੈਸੇ ਵਾਪਸ ਕੀਤੇ ਜਾਣਗੇ, ਫੁੱਲ ਅਸੀਂ ਪੇਮੈਂਟ। ਤਿੰਨ ਸ਼ੀਸ਼ਿਆਂ ਦਾ ਕੋਰਸ, ਸ਼ੀਸ਼ਿਆਂ ਦਾ ਪੂਰਾ ਕੋਰਸ ਹੋਊਗਾ ਵੀਰੇ ਇਹਦਾ। ਕੀ ਮਾੜਾ ਦੱਸੋਗੇ ਵੀਰੇ, ਮੈਨੂੰ ਪੜ੍ਹ ਕੇ ਵੀ ਦੱਸ ਦਿਓ ਅਤੇ ਕੀ ਪਾਇਆ ਹੋਇਆ ਇਹਦੇ ਵਿੱਚ? ਇਹਦੇ ਵਿੱਚ ਆਪਣੇ ਜਿਵੇਂ ਸਾਰੇ ਵੀਰੇ ਆਪਾਂ ਤੇਲ ਜਿਹੜੇ ਵਰਤਦੇ ਹਾਂ ਅਸੀਂ ਆਪ, ਕੋਈ ਬਾਜ਼ਾਰੋਂ ਲੈ ਕੇ ਨਹੀਂ ਪਾਉਂਦੇ, ਅਸੀਂ ਜਿਵੇਂ ਕੱਚੇ ਤੇਲ ਸਾਰੇ ਆਪ ਹੱਥੀਂ ਕਢਵਾਉਂਦੇ ਹਾਂ ਸਾਰੇ ਆਪਣੇ, ਜਿਵੇਂ ਕੋਕੋਨਟ ਹੋ ਗਿਆ, ਆਲਿਵ ਹੋ ਗਿਆ, ਆਲਿਵ ਆਇਲ ਹੋ ਗਿਆ, ਆਪਣਾ ਸਰ੍ਹੋਂ ਦਾ ਹੋ ਗਿਆ ਜਾਂ ਯੂਕਾਲਿਪਟਸ ਹੋ ਗਿਆ। ਯੂਕਾਲਿਪਟਸ ਦੇ ਫਾਇਦੇ ਇਹ ਆ, ਜਿਵੇਂ ਆਪਣੇ ਪੋਰਾਂ ਨੂੰ ਓਪਨ ਕਰਦਾ, ਉਹ ਸਫੈਦੇ ਦਾ ਤੇਲ ਹੁੰਦਾ ਇਹ ਯੂਕਾਲਿਪਟਸ, ਹਾਂਜੀ, ਆਪਣੇ ਪੋਰਾਂ ਨੂੰ ਓਪਨ ਕਰਦਾ ਅਤੇ ਤਾਂ ਜੋ ਬਾਕੀ ਚੀਜ਼ਾਂ ਸਾਰੀਆਂ ਜੜਾਂ ਦੇ ਵਿੱਚ ਚੰਗੀ ਤਰ੍ਹਾਂ ਜਾ ਸਕਣ। ਪ੍ਰੋਪਰ ਯਾਨੀ ਕਿ ਤਕਨੀਕ 'ਚ ਬਣਾਇਆ ਹੋਇਆ ਤੇਲ ਆ, ਵਿੱਚ ਦੋ ਤਰ੍ਹਾਂ ਦੀ ਕੌਫੀ ਵੀ ਆਪਣੇ ਇਹਦੇ ਵਿੱਚ, ਜਿਹੜੀ ਆਪਣੇ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰਦੀ ਆ। ਨੁਕਤਾ ਕੀ ਨਹੀਂ ਦਿੱਤਾ ਬਾਈ ਇਹ? ਇਹ ਆਪਣੇ ਫਿਰ ਦਾਦਿਆਂ ਤੋਂ ਹੀ ਚੱਲਦਾ ਆ ਰਿਹਾ, ਦਾਦੇ ਪੁਰਾਣਾ ਵੀ ਇੱਥੇ ਆ ਰਹੇ, ਪੁਰਾਣੇ ਆ, ਤੀਜੀ ਪੀੜ੍ਹੀ ਸਾਡੀ ਕੰਮ ਕਰ ਰਹੀ ਆ। ਅਤੇ ਪਹਿਲਾਂ ਇਹ ਹੁੰਦਾ ਵੀ ਕਦੋਂ ਬਜ਼ੁਰਗ ਹੋਣਗੇ ਲੋਕਲ ਏਰੀਏ ਦੇ ਵਿੱਚ, ਸ਼ਾਇਦ ਹੁੰਦਾ ਆਪਣਾ, ਹੈ ਨਾ, ਹੁਣ ਆਨਲਾਈਨ ਦਾ ਕੰਮ ਹੋ ਗਿਆ, ਸੋਸ਼ਲ ਮੀਡੀਆ ਆ ਗਈ ਤਾਂ ਦੂਰ ਤੱਕ ਪਹੁੰਚ ਜਾਂਦੀ ਹੈ ਚੀਜ਼। ਹਾਂਜੀ ਵੀਰੇ, ਆਪਣਾ 2 ਸਾਲ ਆਪਾਂ ਨੂੰ ਆਨਲਾਈਨ ਕਰਦੇ ਨੂੰ ਹੋਏ ਆ। ਅੱਛਾ ਬਾਈ, ਪਹਿਲਾਂ ਆਪਾਂ 1957 ਤੋਂ ਆਪਣਾ ਯਾਨੀ ਕਿ ਚੱਲ ਰਿਹਾ ਕੰਮ, 1957 ਤੋਂ। ਹਾਂਜੀ ਹਾਂਜੀ ਵੀਰੇ, ਫਿਰ ਤਾਂ ਬਾਈ ਯਾਰ ਬਹੁਤ, ਮਤਲਬ ਐਂ ਲਾ ਲਓ ਵੀ ਸ਼ਾਨਦਾਰ ਰਿਜ਼ਲਟ ਹੋਣੇ, ਕਿਉਂਕਿ ਅਗਰ ਕੋਈ ਚੀਜ਼ ਪੁਰਾਣੀ ਚੱਲਦੀ ਆ ਰਹੀ ਆ ਤਾਂ ਉਹਦੇ ਵਿੱਚ ਕੋਈ ਨਾ ਕੋਈ ਗੱਲਬਾਤ ਹੈਗੀ ਆ ਵੀਰੇ। ਪੂਰੇ ਜਿਨ੍ਹਾਂ ਨੇ ਵਰਤਿਆ ਰਿਪੀਟ ਹੀ ਲੈ ਕੇ ਜਾ ਰਹੇ ਆ ਅਗਲੇ, ਕੋਈ ਲਾਂਬੇ ਵਾਲਾ ਕੋਈ ਅੱਜ ਤੱਕ ਵੀ ਸਾਡੇ ਕੋਲ ਕੋਈ ਆਇਆ ਨਹੀਂ। ਬਾਕੀ ਅਸੀਂ ਮਨੀ ਬੈਕ ਗਰੰਟੀ ਦਾ ਆਫਰ ਦਿੰਦੇ ਹਾਂ ਅਗਲੇ ਨੂੰ, ਵੀ ਤੁਹਾਨੂੰ ਨਹੀਂ ਰਿਜ਼ਲਟ ਆਊਗਾ ਤਾਂ ਤੁਹਾਡੇ ਸਾਰੇ ਪੈਸੇ ਵਾਪਸ ਆ। ਕਈ ਵਾਰੀ ਹੋਇਆ ਤਾਂ ਨਹੀਂ ਹੈਗਾ ਵੀ ਕਿਸੇ ਨੂੰ ਪੈਸੇ ਵਾਪਸ ਕਰਨੇ ਪਏ? ਅੱਜ ਤੱਕ ਨਹੀਂ ਵੀਰੇ, ਅੱਜ ਤੱਕ ਨਹੀਂ ਹੋਇਆ ਕਿਤੇ। ਤਾਂ ਹੀ ਤੁਸੀਂ ਇਹਨੇ ਦਾਅਵੇ ਨਾਲ ਕਹਿੰਦੇ ਹੋ ਕਿ ਅਸੀਂ ਪੈਸੇ ਵਾਪਸ ਕਰਦੇ ਹਾਂ, ਰਿਜ਼ਲਟ ਗਰੰਟੀ ਦਿੰਦੇ ਅਸੀਂ ਪੂਰੀ 100% ਆਉਗੀ ਬਾਈ। ਵੈਸੇ ਤਾਂ ਅਗਲਾ ਗੱਲ ਕਰ ਲੂਗਾ, ਫੋਨ ਨੰਬਰ ਚੱਲ ਰਹੇ ਨੇ, ਪਰ ਹੈਗਾ ਹਰੇਕ ਬੰਦੇ ਦੀ ਪਹੁੰਚ ਆ ਜਾਊਗਾ ਤੇਲ ਇਹ? ਮੈਂ ਕਿਹਾ ਵੀਰੇ ਸਾਡਾ ਐਮਾਜ਼ੋਨ ਤੇ ਮਿਲੂਗਾ,
ਤੇ ਇਹਨੂੰ ਦਿਨ ਵਿੱਚ ਦੀ ਕਿੰਨੇ ਵਾਰ ਵਰਤਣਾ ਤੇ ਬਾਈ ਥੋੜਾ ਜਿਹਾ ਉਹ ਵੀ ਦੱਸ ਦੋ। ਇਹ ਵੀਰੇ ਰੋਜ਼ ਡੇਲੀ ਆਪਾਂ ਇੱਕ ਵਾਰ ਲਾਉਣਾ, ਇੱਕ ਵਾਰੀ ਲਾ ਕੇ ਬਸ 2-3 ਮਿੰਟ ਹਲਕੀ ਹਲਕੀ ਮਸਾਜ ਕਰਨੀ ਆ, ਉਦੋਂ ਬਾਅਦ ਲਾ ਕੇ ਰੱਖ ਲੈਣਾ ਜਿੰਨਾ ਵੱਧ ਤੋਂ ਵੱਧ ਆਪਣੇ ਕੋਲ ਸਮਾਂ ਲਾ ਕੇ ਰੱਖ ਸਕਦੇ ਹਾਂ। ਅੱਛਾ, ਘੱਟੋ ਘੱਟ 2-3 ਘੰਟੇ ਲਾਉਣਾ ਹੋਊਗਾ, ਵੱਧ ਤੋਂ ਵੱਧ ਮੈਂ ਸਾਰਾ ਦਿਨ ਵੀ ਲਾ ਕੇ ਰੱਖ ਸਕਦੇ ਹਾਂ ਆਪਾਂ। ਇਹਨੂੰ ਲੇਡੀਜ਼ ਵੀ ਯੂਜ਼ ਕਰ ਸਕਦੇ ਹਾਂ, ਜੈਂਟਸ ਵੀ ਕਰ ਸਕਦੇ ਆ, ਬੱਚੇ ਵੀ ਕਰ ਸਕਦੇ ਆ, 60 ਸਾਲ ਤੱਕ ਯੂਜ਼ ਕਰ ਸਕਦੇ ਹਾਂ। ਅੱਛਾ ਬਾਈ, ਬਾਈ ਨੇ ਕਿਹਾ ਵੀ ਹਰੇਕ ਉਮਰ ਦਾ ਇਹਨੂੰ ਬੰਦਾ ਵਰਤ ਸਕਦਾ। ਔਨਲਾਈਨ ਨੰਬਰ ਚੱਲ ਰਹੇ ਨੇ ਬਾਈ ਹੋਰਾਂ ਦਾ, ਅਗਰ ਤੁਸੀਂ ਇਹਨਾਂ ਦੇ ਏਰੀਏ ਦੇ ਹੋ ਬਾਈ ਤੋਂ ਮੈਂ ਐਡਰੈਸ ਪੁੱਛ ਲੈਣਾ, ਕਿੱਥੇ ਬਾਈ ਆਪਣਾ ਐਡਰੈਸ ਵਗੈਰਾ ਕਿੱਥੇ? ਥੋੜ੍ਹਾ ਮੇਰੇ ਮੁੱਲਾਪੁਰ ਦਾਖਾ, ਮੇਨ ਚੌਂਕ ਆ, ਮੇਨ ਚੌਂਕ ਦੇ ਨਾਲ ਟੈਕਸੀ ਸਟੈਂਡ ਆ, ਟੈਕਸੀ ਸਟੈਂਡ ਦੇ ਬੈਕ ਸਾਈਡ ਆਪਣੀ ਦੁਕਾਨ, ਮਾਡਰਨ ਹੇਅਰ ਡਰੈਸ। ਕਿਹੜਾ ਬੰਦਾ ਐਡਰੈਸ ਦੱਸਦਾ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਉਹ ਤੋਂ ਬੇਝਿਜਕ ਹੋ ਕੇ ਚੀਜ਼ ਮੰਗਾ ਲਿਆ ਕਰੋ। ਕਈ ਬੰਦੇ ਹੁੰਦੇ ਨੇ, ਅਗਲਾ ਕਹਿੰਦਾ ਅਸੀਂ ਤਾਂ ਔਨਲਾਈਨ ਦੇ ਕੰਮ ਕਰਦੇ ਹਾਂ, ਉਹਨਾਂ ਕੋਲੇ ਨਾ ਫਸਿਆ ਕਰੋ। ਇਹਨਾਂ ਦਾ ਆਪਦਾ ਐਡਰੈਸ ਆ, ਪ੍ਰੋਪਰ ਸਾਰਾ ਕੁਝ ਦੇਖ ਕੇ ਆਪਾਂ ਵੀ ਬਾਈਆਂ ਕੋਲੇ ਫੇਰ ਹੀ ਆਏ ਹਾਂ, ਰਿਜ਼ਲਟ ਬੜੇ ਸ਼ਾਨਦਾਰ ਨੇ। ਅੱਛਾ ਵੀਰੇ, 3 ਸ਼ੀਸ਼ੀਆਂ ਲਾ ਕੇ ਉਦੋਂ ਮੁੜ ਕੇ ਕਦੇ ਵੀ ਲੋੜ ਨਹੀਂ ਪੈਣੀ ਦੁਬਾਰੇ, ਜਾਂ ਫਿਰ ਦਿੱਕਤ ਆਉਣ ਲੱਗ ਜਾਂਦੀ ਹੈ ਦੁਬਾਰੇ? 3 ਸ਼ੀਸ਼ੇ 'ਚ ਬੰਦੇ ਨੂੰ ਪੂਰਾ ਰਿਜ਼ਲਟ ਮਿਲੂਗਾ, ਉਦੋਂ ਬਾਅਦ ਜੇ ਤੁਸੀਂ ਰੈਗੂਲਰ ਯੂਜ਼ ਕਰਨਾ ਚਾਹੁੰਦੇ ਹੋ, ਲਾਈਫ ਟਾਈਮ ਤੁਸੀਂ ਕਰ ਸਕਦੇ ਹੋ, ਕੋਈ ਨੁਕਸਾਨ ਨਹੀਂ ਇਹਦੇ ਵਿੱਚ, ਰਿਜ਼ਲਟ ਤੁਹਾਨੂੰ 3 ਸ਼ੀਸ਼ਿਆਂ ਦੇ ਵਿੱਚ ਪੂਰਾ ਮਿਲ ਜਾਣਾ। ਵੀ 3 ਚ ਸ਼ੁਰੂ ਪਹਿਲੀ 'ਚ ਹੀ ਹੋ ਜਾਣਾ ਰਿਜ਼ਲਟ ਤੁਹਾਡਾ? ਅੱਛਾ ਬਾਈ, 3 ਸ਼ੀਸ਼ਿਆਂ ਤੁਹਾਨੂੰ ਪੂਰਾ ਰਿਜ਼ਲਟ ਮਿਲ ਜੂਗਾ। ਬਾਈ ਕਿਵੇਂ ਗੰਜਾਪਣ ਹੁੰਦਾ, ਸੱਚਿਓਂ ਦੂਰ ਹੋ ਜਾਂਦਾ ਇਹਦੇ ਨਾਲ? ਨਹੀਂ ਵੀਰ, ਜਿੱਥੇ ਬਿਲਕੁਲ ਸਾਫ਼ ਆ ਗੰਜਾਪਣ ਆ ਉੱਥੇ ਕੋਈ ਰਿਜ਼ਲਟ ਨਹੀਂ ਆਊਗਾ। ਹਾਂ, ਚਿੱਟੇ ਵਾਲ ਜਿਨ੍ਹਾਂ ਦੇ ਹੈਗੇ ਆ, ਜਿਨ੍ਹਾਂ ਦੀ ਉਮਰ 30 ਸਾਲ ਤੋਂ ਉੱਪਰ ਆ, ਕੋਈ ਰਿਜ਼ਲਟ ਨਹੀਂ ਆਊਗਾ। ਜੇ ਕੋਈ ਤੁਹਾਨੂੰ ਦਿੰਦਾ ਵੀ ਆ ਦਵਾਈ ਤਾਂ ਲਿਖਾ ਕੇ ਲੈ ਲਓ ਅਗਲੇ, ਉਹ ਠੱਗੀ ਮਾਰ ਰਿਹਾ ਬੰਦਾ, ਠੱਗੀ ਮਾਰ ਰਿਹਾ ਤੁਹਾਡੇ ਨਾਲ। ਜਿੱਥੇ ਬਿਲਕੁਲ ਗੰਜਾਪਣ ਆ, ਜਾਂ ਜਿੱਥੇ 30 ਸਾਲ ਤੁਹਾਡੀ ਉਮਰ ਉੱਪਰ ਆ, ਤੁਹਾਡੇ ਚਿੱਟੇ ਵਾਲ ਆ ਰਹੇ, ਅਗਲੇ ਤੋਂ ਲਿਖਾ ਕੇ ਚੀਜ਼ ਲੈ ਲਓ, ਸਭ ਭੱਜ ਵੀ ਉਹ ਤਾਂ ਉਮਰ ਦੇ ਹਿਸਾਬ ਨਾਲ ਆ ਗਿਆ। ਅਗਰ ਆਪਾਂ ਗੱਲ ਕਰੀਏ ਵੀ ਉਮਰ ਤੋਂ ਪਹਿਲਾਂ ਜੇ ਕੋਈ ਦਿੱਕਤ ਆ ਰਹੀ ਆ, ਕਹਿਣ ਦਾ ਭਾਵ ਇਹੀ ਆ ਤੁਹਾਡਾ ਵੀ ਜਾਬਰ ਦੱਸਦਾ, ਚਿੱਟੇ ਵਾਲ ਜਿਨ੍ਹਾਂ ਦੀ ਉਮਰ 30 ਸਾਲ ਤੋਂ ਘੱਟ ਹੁੰਦੀ ਆ, ਕਿਸੇ ਨੂੰ ਫਰਕ ਪੈ ਜਾਂਦਾ। ਸਾਡੇ ਕੋਲ ਅਜੇ ਕੇਸ ਹੈਗਾ ਜਿਨ੍ਹਾਂ ਤੋਂ ਕਿਸੇ ਨੂੰ ਫਰਕ ਪਿਆ ਵੀ ਆ, ਪੈ ਜਾਂਦਾ। ਹਾਂ, ਸਾਰਿਆਂ ਨੂੰ ਨਹੀਂ, ਕਿਸੇ ਨੂੰ ਫਰਕ ਪੈ ਵੀ ਜਾਂਦਾ। ਅੱਛਾ ਬਾਈ, ਪਰ ਬਾਕੀ ਉਹਦੇ ਵਿੱਚ ਚਿੱਟੇ ਵਾਲਾਂ 'ਤੇ ਅਸੀਂ ਗਰੰਟੀ ਨਹੀਂ ਲੈਂਦੇ। ਅੱਛਾ ਬਾਈ, ਬਾਕੀ ਝੜਨ ਟੁੱਟਣ ਦੀ ਆ, ਵੀ ਗੱਲ ਉਹ ਨਹੀਂ ਕਰਨੀ ਆ ਜਿੰਨੀ ਕੁ ਹੋ ਸਕੇ, ਕਹਿਣ ਤੋਂ ਭਾਵ ਕਿਵੇਂ ਬਾਈ ਹੋਰੀ ਬੈਠੇ ਨੇ ਵਰਤਿਆ, ਇਹਨਾਂ ਨੇ ਵੀ ਆਪਣਾ ਤੇਲ ਵਗੈਰਾ? ਹਾਂਜੀ ਵੀਰੇ, ਇਹਨਾਂ ਨੇ ਵਰਤਿਆ। ਬਾਈ ਨਾਲ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਵੀਰੇ। ਲੋਕਲ ਏਰੀਆ ਦੇ ਹੋ ਬਾਈ? ਹਾਂਜੀ ਵੀਰੇ। ਜਿਵੇਂ ਬਾਈ ਹੋਰਾਂ ਨੇ ਕਿਹਾ, ਦਾਵਾ ਕਰ ਰਹੇ ਨੇ ਕਿ ਤੇਲ ਸਾਡੇ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ, ਨੁਕਤਾ ਸਾਡੇ ਕੋਲੇ ਆਏ ਹੈ ਨਾ, ਇਹ ਰਿਜ਼ਲਟ ਹੈਗੇ ਨੇ ਵਰਤਿਆ, ਤੁਸੀਂ ਨੇ ਕਿਵੇਂ ਰਿਜ਼ਲਟ ਨੇ ਇਹ ਥੋੜਾ ਦੱਸੋ ਬਾਈ। ਵਧੀਆ ਰਿਜ਼ਲਟ ਹੈ ਵੀਰੇ, ਅੱਧੇ ਤੁਹਾਡੇ ਸਾਹਮਣੇ ਆ ਵਾਲ। ਹਾਂ ਬਾਈ ਦੇ ਤਾਂ ਪ੍ਰੋਪਰ, ਮਤਲਬ ਜਿਵੇਂ ਕਹਿੰਦੇ ਨਾ ਤਾਂ ਕੋਈ ਚਿੱਟਾ ਵਾਲ ਦਿਖ ਰਿਹਾ ਬਾਈ ਦੇ, ਹੈ ਨਾ, ਕੈਮੀਕਲ ਵਰਕ ਕਰਵਾਉਂਦੇ ਰਹਿੰਦੇ ਆ ਤੇ ਤੇਲ ਵਰਤੀ ਜਾਂਦੇ ਆ, ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਫਿਰ ਵਾਲਾਂ ਨੂੰ? ਅੱਛਾ ਬਾਈ। ਹਾਂ, ਨਾਲ ਨਾਲ ਜਿਵੇਂ ਤੇਲ ਵਰਤਦੇ ਰਹਿੰਦੇ ਆ, ਨਾਲ ਨਾਲ ਕੋਈ ਕੈਮੀਕਲ ਵਰਕ ਕਰਵਾਉਣਾ ਕਿਸੇ ਨੇ ਕਰਵਾ ਸਕਦੇ ਆ, ਨਾਲ ਤੇਲ ਵਰਤੀ, ਚਲੋ ਕੋਈ ਤੁਹਾਨੂੰ ਯਾਨੀ ਕਿ ਲਾਸ ਨਹੀਂ ਹੋਊਗਾ। ਤਾਂ ਮਿੱਤਰੋ, ਅਗਰ ਕੋਈ ਦਿੱਕਤ ਆ ਵਾਲਾਂ ਦੀ, ਕੋਈ ਵੀ ਪਰੇਸ਼ਾਨੀ ਆ, ਰੇਟ ਵੀ ਬਿਲਕੁਲ ਠੀਕ ਰੇਟ ਨੇ, ਮੈਂ ਕਹਿੰਦਾ ਅਗਰ ਤੁਸੀਂ ਹਰੇਕ ਬੰਦੇ ਦੀ ਪਹੁੰਚ ਆਜੂਗਾ, ਕਹਿਣ ਤੋਂ ਭਾਵ, ਕਿਉਂਕਿ ਨਹੀਂ ਤਾਂ ਔਨਲਾਈਨ ਆਪਣੇ ਦੇਖਿਆ ਕਿ 1000 ਰੁਪਇਆ ਲੈ ਜਾਂਦੇ ਨੇ ਪਰ ਪੱਲੇ ਫਿਰ ਵੀ ਕੁਛ ਨਹੀਂ ਪੈਂਦਾ। ਬਾਈ ਹੋਰਾਂ ਦੇ ਜਿਹੜੇ ਰਿਜ਼ਲਟ ਨੇ ਅਤੇ ਰੇਟ ਨੇ ਜਮ੍ਹਾਂ ਜਾਇਜ਼ ਨੇ, ਅਤੇ ਬਾਈ ਆਪਣੇ ਨੰਬਰ ਥੋੜ੍ਹਾ ਬੋਲ ਕੇ ਵੀ ਦੱਸ ਦਿਓ ਕਿਹੜੇ ਕਿਹੜੇ ਨੰਬਰ ਨੇ, ਕਿਹੜੇ ਕਿਵੇਂ ਅਗਲਾ ਵਟਸਐਪ ਕਰੇ, ਕਾਲ ਕਰੇ। ਅਤੇ ਇੱਕ ਗੱਲ ਉਦੋਂ ਪਹਿਲਾਂ ਮੈਂ ਹੋਰ ਪੁੱਛ ਲੈਣਾ, ਕਈ ਵਾਰ ਕਿਉਂਕਿ ਵੀਡੀਓ ਹੁੰਦੀ ਆ ਦੂਰ ਤੱਕ ਜਾਂਦੀ ਆ, ਬਾਹਰਲੇ ਦੇਸ਼ਾਂ ਤੱਕ ਵੀ ਜਾਂਦੀ ਆ ਵੀਡੀਓ, ਉੱਥੇ ਕਿਵੇਂ ਮੰਗਾਵੇ ਅਗਲਾ? ਅਸੀਂ ਵੀ ਸਾਡੇ ਕੋਲ ਵਰਲਡ ਵਾਈਡ ਡਿਲੀਵਰੀ ਆ ਸਾਡੇ ਕੋਲ, ਕਿਸੇ ਨੇ ਕੈਨੇਡਾ ਮੰਗਾਉਣਾ, ਅਮਰੀਕਾ ਮੰਗਾਉਣਾ, ਯੂਰਪ ਮੰਗਾਉਣਾ, ਆਸਟ੍ਰੇਲੀਆ ਮੰਗਾਉਣਾ, ਨਿਊਜ਼ੀਲੈਂਡ ਮੰਗਾਉਣਾ, ਅਸੀਂ ਹਰ ਪਾਸੇ ਡਿਲੀਵਰ ਕਰ ਦਿੰਦੇ ਹਾਂ। ਸਾਡੇ ਕੋਲ ਆਲ ਵਰਲਡ ਡਿਲੀਵਰੀ ਸਾਡੇ ਕੋਲ ਹੈਗੀ ਆ, ਜਿੱਥੇ ਮਰਜ਼ੀ ਕਿਸੇ ਨੇ ਬਹਿ ਕੇ ਮੰਗਵਾਉਣਾ, ਪੂਰੇ ਇੰਡੀਆ 'ਚ ਅਸੀਂ ਭੇਜ ਦਾਂਗੇ ਸਰ, ਜਿੱਥੇ ਤੇ ਚਾਹੀਦਾ। ਕਿਹੜਾ ਕੋਰੀਅਰ ਦਾ ਤੁਹਾਡਾ ਹੁੰਦਾ, ਉਹ ਅਲੱਗ ਹੋਊਗਾ ਰੇਟ ਤੋਂ ਬਾਈ? ਕੋਰੀਅਰ ਦੇ ਖਰਚੇ ਅਲੱਗ ਹੋਣਗੇ। ਅੱਛਾ, ਇੰਡੀਆ ਤੋਂ ਬਾਹਰ ਦੇ, ਇੰਡੀਆ 'ਚ ਸਾਡੀ ਡਿਲੀਵਰੀ ਫ੍ਰੀ ਆ। ਠੀਕ ਆ ਬਾਈ। ਹਾਂਜੀ, ਤਾਂ ਨੰਬਰ ਦੱਸ ਦਿਓ ਵੀਰੇ ਇੱਕ ਵਾਰੀ ਆਪਣੇ, ਕਿਹੜੇ ਕਿਹੜੇ ਨੇ? ਸਾਡਾ ਵੀਰੇ 98049-0066। ਅੱਛਾ ਬਾਈ, 97-800-16 6-99-66। ਬਾਕੀ ਨੰਬਰ ਥੱਲੇ ਵੀ ਚੱਲ ਰਹੇ ਨੇ, ਉਹ ਤਾਂ ਇੱਕ ਵਾਰੀ ਆਇਆ ਵੀ ਕਈ ਵਾਰ ਬੰਦੇ ਕਹਿੰਦੇ ਨੇ ਵੀ ਸਾਨੂੰ ਪੜ੍ਹਨ ਦੇ ਵਿੱਚ ਥੋੜ੍ਹੀ ਦਿੱਕਤ ਆਉਂਦੀ ਆ, ਹੈ ਨਾ, ਅਤੇ ਤਾਂ ਕਰਕੇ ਅਤੇ ਆਪ ਤੁਸੀਂ ਦੇਖ ਲਓ ਬਾਈ ਹੋਰਾਂ ਦਾ, ਇਹ ਔਨਲਾਈਨ ਚੈੱਕ ਕਰੋਗੇ, ਬਾਈ ਹੋਰਾਂ ਦਾ ਨਾਮ ਔਨਲਾਈਨ ਦੇਖੂਗਾ ਸਾਨੂੰ। 1957 ਤੋਂ ਲੈ ਕੇ ਬਾਈ ਹੋਰੀ ਕਰ ਰਹੇ ਨੇ ਕੰਮ, ਰਜਿਸਟਰਡ ਫਰਮ ਇਹਨਾਂ ਦੀ ਕੋਈ ਐਂ ਨਹੀਂ ਹੈਗਾ ਵੀ ਕਿਵੇਂ ਆਮ ਆਪਾਂ ਨੇ ਦੇਖਿਆ ਕਿ ਝੋਲਾ ਛਾਪ, ਉਹ ਕੰਮ ਨਹੀਂ ਹੈਗਾ। ਆਪਾਂ ਵੀਡੀਓ ਉਸੇ ਬੰਦੇ ਦੀ ਪਾਉਂਦੇ ਹੁੰਦੇ ਹਾਂ, ਪਹਿਲਾਂ ਪੁੱਛ ਕੇ ਪਰਖ ਕਰਕੇ ਪੂਰੀ, ਇੱਥੇ ਵੀ ਅਗਰ ਬਾਈਆਂ ਕੋਲ ਆਪਾਂ ਆਏ ਹਾਂ, ਪੂਰੀ ਗੱਲ ਜਾਂਚ ਪੜਤਾਲ ਪਹਿਲੀ ਕਰ ਲੈਂਦੇ ਹੁੰਦੇ ਆਪਾਂ। ਅਤੇ ਬਾਕੀ ਤੁਸੀਂ ਬਾਈ ਹੋਰਾਂ ਨਾਲ ਗੱਲਬਾਤ ਕਰ ਲਿਓ, ਨੰਬਰ ਸਕਰੀਨ 'ਤੇ ਚੱਲ ਰਹੇ ਨੇ, ਗੂਗਲ ਪੇ ਜਾਂ ਹੋਰ ਇਹਨਾਂ ਕੋਲ ਸਾਰੀ ਸੁਵਿਧਾ ਹੈਗੀ ਆ ਬਾਈ ਹੋਰਾਂ ਕੋਲ, ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਅੱਗੇ ਕਿਸੇ ਦੇ ਕੰਮ ਆ ਜਾਵੇ। ਧੰਨਵਾਦ।